ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਗੁਰੂ ਪਿਆਰ ਵਾਲਿਓ, ਅੱਜ ਇੱਕ ਬੇਨਤੀ ਮੈਂ ਆਪ ਜੀ ਨਾਲ ਖਾਸ ਤੌਰ 'ਤੇ ਸਾਂਝੀ ਕਰਨੀ ਹੈ। ਧਿਆਨ ਦਿਓ, ਤਵੱਜੋ ਦਿਓ। ਜਿਸ ਘਰ ਵਿੱਚ ਇਹ ਪਾਠ ਰੋਜ਼ਾਨਾ ਹੁੰਦਾ ਨਾ, ਪੰਜ ਪੰਜ ਮਿੰਟ ਕੱਢ ਕੇ ਭਾਵੇਂ ਪਾਠ ਕਰ ਲਿਓ। ਦਸ਼ਮੇਸ਼ ਪਿਤਾ ਜੀ ਦੇ ਬਚਨ ਨੇ ਗੁਰੂ ਪਿਆਰਿਓ, ਬਿਮਾਰੀਆਂ ਦੁੱਖ ਉੱਥੇ ਆਉਂਦੇ ਨਹੀਂ, ਧਨ ਦੌਲਤ ਦੀ ਵੀ ਕਮੀ ਨਹੀਂ ਰਹਿੰਦੀ ਹੈ। ਆਓ ਸਮਝਣ ਦਾ ਯਤਨ ਕਰੀਏ। ਬੇਨਤੀਆਂ ਪ੍ਰਵਾਨ ਕਰਦੇ ਹੋਏ ਫਤਿਹ ਬੁਲਾਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਆਪਾਂ ਨੂੰ ਇੰਨਾ ਕੁ ਸਮਝ ਹੋਵੇ, ਇੰਨਾ ਕੁ ਗੁਰੂ 'ਤੇ ਭਰੋਸਾ ਹੋਵੇ, ਕੋਈ ਆਮ ਬੰਦਾ ਆ ਕੇ ਗੁਰੂ ਬਾਰੇ ਸਾਨੂੰ ਕੁਝ ਵੀ ਕਹੇ ਅਤੇ ਸਾਡਾ ਜਿਹੜਾ ਭਰੋਸਾ ਹੈ ਨਾ, ਉਹ ਟੁੱਟਣਾ ਨਹੀਂ ਚਾਹੀਦਾ। ਸਾਧ ਸੰਗਤ, ਭਰੋਸਾ ਸਾਡਾ ਡੋਲਣਾ ਨਹੀਂ ਚਾਹੀਦਾ, ਭਰੋਸਾ ਸਾਡਾ ਬਿਲਕੁਲ ਵੀ ਗੁਰੂ ਤੋਂ ਹਟਣਾ ਨਹੀਂ ਚਾਹੀਦਾ। ਇਹੋ ਜਿਹਾ ਦ੍ਰਿੜ ਇਰਾਦਾ ਸਾਡਾ ਹੋਵੇ। ਅਤੇ ਸਾਧ ਸੰਗਤ, ਮੈਂ ਬੇਨਤੀ ਕਰ ਰਿਹਾ ਕਿ ਘਰ ਦੇ ਵਿੱਚ ਪਾਠ ਕਰਨਾ, ਅਤੇ ਸਮਝ ਲਿਓ ਵੀ ਗੁਰੂ ਨਾਨਕ ਨੂੰ ਆਪਣੀ ਬਾਂਹ ਫੜਾਉਣੀ ਹੈ, ਅਤੇ ਪਾਠ ਕਰਨਾ ਛੱਡ ਦੇਣਾ, ਅਤੇ ਸਾਧ ਸੰਗਤ ਵੀ ਸਮਝ ਲਿਓ ਗੁਰੂ ਤੋਂ ਆਪਣੀ ਬਾਂਹ ਛਡਾਉਣੀ ਹੈ। ਤਾਂ ਕਰਕੇ ਬੇਨਤੀ ਕਰ ਰਹੇ ਹਾਂ, ਕਿਉਂਕਿ ਗੁਰੂ ਪਿਆਰ ਵਾਲਿਓ, ਅੱਜ ਬਹੁਤ ਤਾਕਾਦ ਵਿੱਚ ਇਹ ਹਾਲਤ ਜਿਹੜੀ ਹੈ ਹੋਈ ਪਈ ਹੈ, ਕਿਉਂਕਿ ਬੰਦਾ ਗੁਰਬਾਣੀ ਤੋਂ ਟੁੱਟਦਾ ਜਾ ਰਿਹਾ, ਗੁਰੂ ਤੋਂ ਟੁੱਟਦਾ ਜਾ ਰਿਹਾ, ਭਰੋਸਾ ਜਿਹੜਾ ਹੈ ਥਿੜਕਦਾ ਜਾ ਰਿਹਾ, ਅਤੇ ਤਾਂ ਹੀ ਅੱਜ ਡੇਰਿਆਂ ਵੱਧ ਆਕਰਸ਼ਿਤ ਬੰਦਾ ਹੋਇਆ ਪਿਆ ਹੈ, ਕਿਸੇ ਹੋਰ ਵੱਲ ਜਾਣਾ, ਗੁਰੂ ਨਾਲੋਂ ਟੁੱਟ ਕੇ ਅਤੇ ਸਾਧ ਸੰਗਤ ਗੁਰੂ ਤੋਂ ਉਲਾਂਭੇ ਹੋ ਜਾਣਾ, ਅਤੇ ਆਪਣੇ ਲਈ ਪਿਛਲੇ ਦਰਵਾਜ਼ੇ ਬੰਦ ਕਰਨ ਬਰਾਬਰ ਹੈ। ਗੁਰੂ ਤੋਂ ਟੁੱਟ ਕੇ, ਗੁਰੂ ਆਪਣੇ ਸਿੱਖ ਨੂੰ ਕਦੀ ਵੀ ਵਾਂਝਾ ਨਹੀਂ ਰੱਖਦਾ ਕਿਸੇ ਵੀ ਚੀਜ਼ ਤੋਂ। ਸਾਧ ਸੰਗਤ, ਇਹ ਮਨੁੱਖ ਦੀ ਸੋਚ ਹੈ ਕਿ ਗੁਰੂ ਮੈਨੂੰ ਕੁਝ ਦਿੰਦਾ ਨਹੀਂ, ਗੁਰੂ ਸਭ ਕੁਝ ਬਖਸ਼ਦਾ ਹੈ, ਬੰਦੇ ਕੋਲੋਂ ਸਿਰਫ ਅਤੇ ਸਿਰਫ ਦੇਰੀ ਹੈ। ਆਮ ਤੌਰ 'ਤੇ ਇੱਕ ਕਹਾਵਤ ਵਰਤਦੇ ਹਾਂ ਸਾਧ ਸੰਗਤ, ਕਿ ਰੱਬ ਦੇ ਘਰ ਵਿੱਚ ਦੇਰ ਹੈ ਹਨੇਰ ਨਹੀਂ। ਗੁਰੂ ਪਿਆਰ ਵਾਲਿਓ, ਆਪਾਂ ਦੇਰੀ ਕਰ ਰਹੇ ਹਾਂ ਤਾਂ ਆਪਾਂ ਨੂੰ ਦੇਰੀ ਲੱਗ ਰਹੀ ਹੈ, ਆਪਾਂ ਹਨੇਰੇ 'ਚ ਫਿਰ ਰਹੇ ਹਾਂ ਤਾਂ ਆਪਾਂ ਨੂੰ ਗੁਰੂ ਦੇ ਘਰ ਵੀ ਹਨੇਰ ਜਾਪਦਾ ਪਿਆ। ਪਰ ਸਾਧ ਸੰਗਤ, ਗੁਰੂ ਦੇ ਕੋਲੋਂ ਦੋਵੇਂ ਨਹੀਂ ਨੇ ਪਰ ਆਪਣੇ ਵੱਲੋਂ ਦੋਵੇਂ ਨੇ, ਇਹ ਗੱਲ ਧਿਆਨ ਵਿੱਚ ਰੱਖਿਓ। ਗੁਰੂ ਨਾ ਹੀ ਦੇਰ ਕਰਦਾ ਅਤੇ ਨਾ ਹੀ ਹਨੇਰ ਕਰਦਾ, ਅਤੇ ਸਾਧ ਸੰਗਤ ਜਦੋਂ ਉਹ ਬਖਸ਼ਿਸ਼ਾਂ ਦੇਣ 'ਤੇ ਆਵੇ ਨਾ, ਅੱਖ ਦੇ ਝਪਕਣ ਦੇ ਫਰਕੇ ਜਿੰਨਾ ਫਰਕ ਪੈਂਦਾ ਹੈ। ਜਦੋਂ ਗੁਰੂ ਬਖਸ਼ਿਸ਼ਾਂ ਦਿੰਦਾ, ਇੰਨਾ ਕੁ ਟਾਈਮ ਲੱਗਦਾ। ਹੁਣ ਤੁਸੀਂ ਆਪ ਸੋਚੋ ਕਿ ਗੁਰੂ ਪਿਆਰ ਵਾਲਿਓ, ਕਿ ਗੁਰੂ ਸਾਹਿਬ ਕਿੰਨੀ ਬਖਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਦਾਤਾਂ ਦੇਣ ਲੱਗੇ ਟਾਈਮ ਨਹੀਂ ਲਾਉਂਦੇ, ਦਾਤਾਂ ਨੂੰ ਲੈ ਕੇ ਬੰਦਾ ਭੁੱਲ ਜਾਂਦਾ ਪਰ ਗੁਰੂ ਨਹੀਂ ਭੁੱਲਦਾ, ਗੁਰੂ 'ਤੇ ਚੇਤਾ ਰੱਖਦਾ ਹੈ। ਗੁਰੂ ਸਾਹਿਬ ਦੇ ਫਿਰ ਚੇਤਾ ਰੱਖਦੇ ਨੇ ਕਿ ਭਲਿਆ ਉੱਡਿਆ ਫਿਰਦਾ, ਹਜੇ ਇਹਨੂੰ ਉੱਡ ਲੈਣ ਦੇ, ਪਰ ਜਿਸ ਦਿਨ ਭਰੋਸਾ ਬਣੇਗਾ ਆਪਣੇ ਆਪ ਵਾਪਸ ਆ ਜਾਏਗਾ। ਗੁਰੂ ਪਿਆਰ ਵਾਲਿਓ, ਮੈਂ ਇਸ ਕਰਕੇ ਬੇਨਤੀ ਕਰ ਰਹੇ ਹਾਂ ਕਿ ਘਰ ਦੇ ਵਿੱਚੋਂ ਪਾਠ ਚੱਲਿਆ ਗਿਆ, ਘਰ ਦੇ ਵਿੱਚ ਦੁੱਖ ਆ ਗਏ,
ਬਾਣੀ ਪੜ੍ਹਨੀ ਛੱਡ ਦਿੱਤੀ, ਕਰਮ ਕਾਂਡ ਕਰਨੇ ਆਰੰਭ ਕਰ ਦਿੱਤੇ ਅਤੇ ਘਰ ਦੇ ਵਿੱਚੋਂ ਧਨ ਦੌਲਤ ਵੀ ਚਲੀ ਗਈ ਅਤੇ ਸਾਧ ਸੰਗਤ ਅੱਜ ਕੋਈ ਵੀ ਕਿਸੇ ਨੂੰ ਪੁੱਛ ਲਓ ਕਿ ਤੈਨੂੰ ਧਨ ਦੌਲਤ ਦੇ ਦੇਈਏ, ਹਰ ਕੋਈ ਬੰਦਾ ਕਹੇਗਾ ਹਾਂ ਕੋਈ ਉਪਾਅ ਦੱਸੋ। ਸਾਡੀਆਂ ਬੀਬੀਆਂ ਆਮ ਤੌਰ 'ਤੇ ਬਾਬਿਆਂ ਨੂੰ ਫੋਨ ਕਰਦੀਆਂ, ਬਾਬਾ ਜੀ ਦੱਸੋ, ਘਰ ਵਿੱਚ ਮਾਇਆ ਨਹੀਂ ਟਿਕਦੀ। ਬਾਬਾ ਕਹਿ ਦਿੰਦਾ 3100 ਰੁਪਇਆ ਜਾਂ 2100 ਰੁਪਇਆ ਦਿਓ ਜੀ, ਘਰ ਵਿੱਚ ਸ਼ਾਂਤੀ ਰਹੇਗੀ। 2100 ਰੁਪਇਆ ਲੈ ਕੇ ਬਾਬਾ ਤੇ ਆਰਾਮ ਕਰ ਲੈਂਦਾ ਅਤੇ ਪਿਆਰਿਓ ਘਰ ਦੇ ਵਿੱਚ ਲੜਾਈ ਦੁੱਗਣੀ ਸ਼ੁਰੂ ਹੋ ਜਾਂਦੀ ਹੈ। ਉਹ ਘਰ ਦੇ ਪੁੱਛਦੇ ਵੀ 2100-2200 ਰੁਪਇਆ ਕਿੱਧਰ ਗਿਆ, ਅਤੇ ਬੀਬੀਆਂ ਕਹਿੰਦੀਆਂ ਅਸੀਂ ਫਲਾਣੇ ਬਾਬੇ ਨੂੰ ਦੇਤਾ, ਅਤੇ ਘਰ ਵਿੱਚ ਲੜਾਈ ਹੋਰ ਵੱਧ ਜਾਂਦੀ ਹੈ। ਹੁਣ ਕਈ ਵਾਰੀ ਪੈਸਿਆਂ ਕਰਕੇ ਲੜਾਈ ਹੁੰਦੀ ਹੈ, ਜਦੋਂ ਘਰ 'ਚੋਂ ਪੈਸੇ ਚਲੇ ਗਏ ਲੜਾਈ ਖਤਮ ਹੋ ਜਾਂਦੀ ਹੈ, ਅਤੇ ਸਾਧ ਸੰਗਤ ਬੰਦੇ ਕਹਿ ਦਿੰਦੇ ਨੇ ਵਾਹ ਜੀ ਵਾਹ ਬਾਬਾ ਤੇ ਬੜਾ ਕਰਾਮਾਤੀ ਹੈ। ਅਤੇ ਮੇਰੇ ਕਹਿਣ ਤੋਂ ਭਾਵ ਇਹ ਵੇਖ ਕੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਗੁਰੂ ਸਾਹਿਬ ਦੇਣ ਹਾਰੇ ਨੇ, ਜੇ ਕੁਝ ਨਹੀਂ ਹੈ ਤਾਂ ਗੁਰੂ ਤੋਂ ਮੰਗੋ, ਜੇ ਕੁਝ ਹੈ ਤਾਂ ਉਹਦਾ ਸ਼ੁਕਰਾਨਾ ਕਰੋ। ਪਾਤਸ਼ਾਹ ਉਹਦੇ ਵਿੱਚ ਬਰਕਤ ਪਾਉਂਦੇ ਨੇ, ਉਹਨੂੰ ਭਾਗ ਲਾਉਂਦੇ ਨੇ। ਪਿਆਰਿਓ ਬੇਨਤੀ ਕਰਦਾ ਹੁੰਦਾ, ਗੁਰਬਾਣੀ ਨੂੰ ਪੜ੍ਹਨਾ ਆਪਣੇ ਆਪੇ ਨੂੰ ਗਿਆਨਵਾਨ ਬਣਾਉਣਾ ਹੈ। ਗੁਰਬਾਣੀ ਨੂੰ ਪੜ੍ਹਨਾ ਛੱਡ ਦੇਣਾ, ਸਾਧ ਸੰਗਤ ਆਪਣੇ ਆਪ ਨੂੰ ਮੂਰਖ ਕਰਨਾ ਹੈ। ਮੈਂ ਕਹਿੰਦਾ ਵੀ ਚੌਪਈ ਸਾਹਿਬ ਦੇ ਪਾਠ ਕਰਿਆ ਕਰੋ ਘਰ ਵਿੱਚ। ਇੱਕ ਸਾਡੇ ਵੀਰ ਅਤੇ ਭੈਣ ਨੇ, ਦੋਵੇਂ ਭੈਣ ਭਰਾ ਨੇ, ਘਰ ਦੇ ਵਿੱਚ ਬੜੀ ਤੰਗੀ ਸੀ, ਬੜਾ ਸਮਾਂ ਉਹਨਾਂ ਨੇ ਗਰੀਬੀ ਵਿੱਚ ਕੱਢਿਆ। ਸਾਧ ਸੰਗਤ ਇੱਕ ਅਜਿਹਾ ਸਮਾਂ ਬਣਿਆ ਕਿ ਉਹਨਾਂ ਨੂੰ ਇੱਕ ਬੰਦਾ ਕਹਿੰਦਾ ਵੀ ਤੁਸੀਂ ਗੁਰਬਾਣੀ ਪੜ੍ਹਿਆ ਕਰੋ, ਗੁਰੂ ਦੇ ਲੜ ਲੱਗ ਜਾਓ, ਗੁਰੂ ਵਾਲੇ ਹੋ ਜਾਓ, ਕਿੰਨਾ ਦੇਰ ਨਿਗੁਰੇ ਬਣ ਕੇ ਜ਼ਿੰਦਗੀ ਜਿਉਂਦੇ ਰਹੋਗੇ। ਸਾਧ ਸੰਗਤ ਉਹਨਾਂ ਨੇ ਉਹਦੀ ਗੱਲ ਨੂੰ ਮੰਨ ਲਿਆ। ਉਹਨਾਂ ਨੇ ਸੋਚਿਆ ਵੀ ਚਲੋ ਕੋਈ ਗੱਲ ਨਹੀਂ, ਰਸਤਾ ਤਾਂ ਚੰਗਾ ਹੀ ਹੈ, ਮਾੜਾ ਤਾਂ ਨਹੀਂ। ਗੁਰੂ ਪਿਆਰੇ ਉਹਨਾਂ ਨੇ ਚੌਪਈ ਸਾਹਿਬ ਦੇ ਪਾਠ ਕਰਨੇ ਆਰੰਭ ਕਰ ਦਿੱਤੇ। ਦੋਵੇਂ ਭੈਣ ਭਰਾ ਘਰ ਦੇ ਵਿੱਚ ਚੌਪਈ ਸਾਹਿਬ ਦੇ ਪਾਠ ਕਰਿਆ ਕਰਨ, ਘਰ ਤੋਂ ਬਾਹਰ ਜਾਣ ਦੇ ਪਾਠ ਕਰਿਆ ਕਰਨ। ਦੇਖਦੇ ਹੀ ਦੇਖਦੇ ਉਹਦੀ ਮੁੰਡੇ ਦੀ ਨੌਕਰੀ ਲੱਗ ਗਈ, ਪੜ੍ਹਾਈ ਉਹਨੇ ਕੀਤੀ ਹੋਈ ਸੀ। ਸਾਧ ਸੰਗਤ ਉਹ ਜਿਹੜੀ ਭੈਣ ਸੀ ਨਾ ਬੱਚੀ, ਹੁਣ ਉਹ ਵਿਚਾਰੀ ਪੜ੍ਹੀ ਲਿਖੀ ਘੱਟ ਸੀ, ਉਹਨੂੰ ਘਰੇ ਬੈਠੀ ਨੂੰ ਕੰਮ ਮਿਲ ਗਿਆ। ਇੱਕ ਬੀਬੀ ਆਈ ਅਤੇ ਉਹ ਕਹਿੰਦੀ ਵੀ ਮੈਂ ਤੈਨੂੰ ਘਰੇ ਬੈਠੀ ਕੰਮ ਦਿਉਂਗੀ, ਵੀ ਤੂੰ ਮੇਰਾ ਕੰਮ ਕਰਕੇ ਦਿਆ ਕਰ, ਪੈਸੇ ਜੋ ਤੂੰ ਮੰਗੇ ਮੈਂ ਤੈਨੂੰ ਉਹ ਦਿਆਂਗੀ, ਪਰ ਬੱਚੀਏ ਮੈਨੂੰ ਕੰਮ ਟਾਈਮ 'ਤੇ ਚਾਹੀਦਾ। ਉਹ ਕਹਿੰਦੀ ਠੀਕ ਹੈ ਜੀ। ਅਤੇ ਸਾਧ ਸੰਗਤ ਦੇਖਦੇ ਹੀ ਦੇਖਦੇ ਕੰਮ ਵਧੀਆ ਚੱਲ ਪਿਆ, ਘਰ ਵਿੱਚੋਂ ਜਿਹੜੀ ਗਰੀਬੀ ਸੀ ਨਿਕਲ ਗਈ। ਗੁਰੂ ਪਿਆਰੇ ਉਹ ਸੌਖੇ ਦਿਨ ਆ ਗਏ ਅਤੇ ਫਿਰ ਇੱਕ ਦਿਨ ਬਜ਼ੁਰਗ ਮਿਲਿਆ। ਉਹ ਕਹਿੰਦਾ ਬਈ ਹੁਣ ਕਿਵੇਂ? ਕਹਿੰਦੇ ਹਾਂਜੀ ਹੁਣ ਗੁਰੂ ਵਾਲਾ ਬਣ ਕੇ ਪੂਰੀ ਤਸੱਲੀ ਜੀ ਹੋ ਗਈ ਵੀ ਗੁਰੂ ਸਾਹਿਬ ਸੁਣਦੇ ਨੇ। ਗੁਰੂ ਤੇ ਹਰ ਇੱਕ ਦਾ ਪੱਖ ਪੂਰਨ ਹਾਰਾ ਹੈ। ਸਾਧ ਸੰਗਤ ਆਪਣੇ ਕੋਲ ਵੀ ਘਰ 'ਚ ਤੰਗੀ ਹੈ ਨਾ, ਗੁਰਬਾਣੀ ਪੜ੍ਹਿਆ ਕਰੋ, ਅਰਦਾਸ ਕਰੋ ਪਰਮਾਤਮਾ ਨੂੰ ਕਿ ਪਾਤਸ਼ਾਹ ਤੂੰ ਹੀ ਦੂਰ ਕਰਨ ਵਾਲਾ ਹੈ, ਪਾਤਸ਼ਾਹ ਜੀ ਤੁਸੀਂ ਹੀ ਸੰਭਾਲਣਾ ਹੈ, ਸਾਡੇ ਵਿੱਚ ਵੱਲ ਨਹੀਂ ਤਾਕਤ ਨਹੀਂ ਹੈ, ਮੇਰੇ ਪਾਤਸ਼ਾਹ ਜੀ ਤੁਸੀਂ ਹੀ ਕਿਰਪਾ ਕਰੋ। ਗੁਰੂ ਨੇ ਕਿਰਪਾ ਕਰਨੀ। ਇੱਕ ਵਿਦਵਾਨ ਕਹਿੰਦਾ ਹੈ ਜਿਸਨੇ ਦਾਂਤ ਦੀਏ ਉਹ ਅੰਨ ਵੀ ਦਏਗਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰੂ ਪਾਤਸ਼ਾਹ ਨੇ ਵੀ ਵਚਨ ਕਹੇ ਨੇ, ਗੁਰੂ ਪਿਆਰਿਓ ਜੇ ਜਨਮ ਦਿੱਤਾ ਨਾ ਪਰਮਾਤਮਾ ਨੇ ਤੇ ਜਨਮ ਨੂੰ ਸੰਭਾਲਣ ਦਾ, ਜੀਵਨ ਨੂੰ ਸੰਭਾਲਣ ਦਾ ਰਾਹ ਵੀ ਪਰਮਾਤਮਾ ਹੀ ਦੱਸੇਗਾ। ਗੁਰੂ ਪਿਆਰੇ ਪਾਲਿਓ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ।
ਗੁਰਬਾਣੀ ਤੇ ਇਹ ਵੀ ਕਹਿੰਦੀ ਹੈ ਕਿ ਜਿਹਨੇ ਮਾਤਾ ਦੇ ਉਦਰ ਵਿੱਚ ਮਾਤਾ ਦੇ ਗਰਭ ਵਿੱਚ ਸਾਡੀ ਰੱਖਿਆ ਕੀਤੀ, ਪਿਆਰਿਓ ਉਹਨੂੰ ਕਿਉਂ ਵਿਸਾਰੀਏ। ਮਾਤਾ ਦੇ ਗਰਭ ਵਿੱਚ ਜਦੋਂ ਪੁੱਠਾ ਲਟਕਦਾ ਸੀ ਉੱਥੇ ਪਰਮਾਤਮਾ ਨੇ ਰੱਖਿਆ ਕੀਤੀ ਉਹ, ਅਤੇ ਸਾਧ ਸੰਗਤ ਇੱਥੇ ਕਿਉਂ ਨਹੀਂ ਪਰਮਾਤਮਾ ਸਹਾਈ ਹੋਏਗਾ, ਇੱਥੇ ਵੀ ਤਾਂ ਸਾਡੀ ਰੱਖਿਆ ਕਰੇਗਾ। ਮਾਤਾ ਦੇ ਗਰਭ ਵਿੱਚ ਪੁੱਠਾ ਲਟਕਦਾ ਹੈ ਅਤੇ ਡਾਕਟਰ ਕਹਿੰਦੇ ਨੇ ਕਿ ਸਾਧ ਸੰਗਤ ਉੱਥੇ ਜਦੋਂ ਬੱਚੇ ਦੀ ਰੱਖਿਆ ਹੁੰਦੀ ਹੈ ਨਾ, ਜਿਹੜੀ ਮਾਤਾ ਦੇ ਸਰੀਰ ਦੀ ਕਿਰਿਆ ਹੈ ਨਾ, ਮਲ ਮੂਤਰ ਹੁੰਦਾ ਉਹ ਬੱਚੇ ਦੇ ਮੂੰਹ ਦੇ ਉੱਪਰ ਦੀ ਹੋ ਕੇ ਗੁਜ਼ਰਦਾ ਹੈ ਅਤੇ ਗੁਰੂ ਪਿਆਰਿਓ ਅਤੇ ਉੱਥੇ ਪਰਮਾਤਮਾ ਰੱਖਿਆ ਕਰ ਸਕਦਾ ਹੈ। ਬੱਚੇ ਨੂੰ ਆਂਚ ਤੱਕ ਨਹੀਂ ਉਹਦੀ, ਉੱਥੇ ਵੀ ਸਵਾਸ ਦੇ ਰਿਹਾ ਅਤੇ ਦੁਨੀਆਂ ਵਿੱਚ ਆਇਆ ਅਤੇ ਬੱਚਾ ਰੋਂਦਾ ਅਤੇ ਬੱਚੇ ਦੇ ਜੀਵਨ ਦੀ ਰੱਖਿਆ ਵੀ ਪਰਮਾਤਮਾ ਨੇ ਉੱਟੀ ਹੋਈ ਹੈ। ਇਹ ਬੰਦਾ ਫਿਕਰ ਵਿੱਚ ਡੁੱਬਿਆ ਹੋਇਆ ਕਿ ਮੈਨੂੰ ਪਰਮਾਤਮਾ ਸੰਭਾਲਦਾ ਨਹੀਂ ਹੈ, ਸੰਭਾਲਿਆ ਤਾਂ ਹੋਇਆ ਅਤੇ ਉਹਦੇ ਸੰਭਾਲਣ ਦੀ ਤੂੰ ਅਜੇ ਕਦਰ ਨਹੀਂ ਕੀਤੀ ਪਿਆਰਿਆ। ਜਿੱਦਣ ਕਦਰ ਕਰ ਲਈ ਉੱਦਣ ਹੀ ਤੇਰੇ 'ਤੇ ਕਿਰਪਾ ਹੋ ਜਾਣੀ ਹੈ। ਜਿਸ ਘਰ ਵਿੱਚ ਪਾਠ ਚੱਲਦਾ ਹੈ, ਮੈਂ ਬੇਨਤੀ ਕਰਦਾ ਕਿ ਚੌਪਈ ਸਾਹਿਬ ਦਾ ਪਾਠ ਕਰਨ ਨੂੰ ਕਿੰਨਾ ਕੁ ਟਾਈਮ ਲੱਗਦਾ ਹੈ? 5 ਮਿੰਟ ਪੂਰੇ ਨਹੀਂ ਲੱਗਦੇ, 5 ਮਿੰਟ ਵਿੱਚ 2 ਪਾਠ ਹੋ ਜਾਂਦੇ ਨੇ ਜੇ ਬੰਦਾ ਕਰਨ 'ਤੇ ਆਵੇ। ਜਿਹੜੇ ਹੁਣ ਰੋਜ਼ ਕਰਦੇ ਨੇ ਚਲੰਤ ਹੈ ਪਾਠ। ਗੁਰੂ ਪਿਆਰਿਓ ਆਪਾਂ ਪਾਠ ਕਰੀਏ, ਪਾਠ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ। ਗੁਰਬਾਣੀ ਇਸ ਜੱਗ ਮਹਿ ਚਾਨਣ ਕਰਮ ਵਸੈ ਮਨੇ ਆਏ। ਜੇ ਹੁਣ ਗੁਰਬਾਣੀ ਨਾਲ ਜੁੜਾਂਗੇ ਫਿਰ ਕਿਰਪਾ ਹੋਣੀ ਆ। ਜੇ ਹੁਣ ਬੰਦਾ ਕਹੇ ਵੀ ਗੁਰਬਾਣੀ ਨਾ ਪੜ੍ਹਾਂ, ਗੁਰੂ ਕੋਲ ਨਾ ਜਾਵਾਂ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਨਾ ਮੰਨਾ ਮੇਰੇ 'ਤੇ, ਉਂਝੀ ਕਿਰਪਾ ਹੋ ਜੇ ਕੋਈ ਬਾਬਾ ਕਰਦਾ ਹੈ, ਫਿਰ ਤੇ ਕੰਮ ਮੁਸ਼ਕਲ ਹੈ ਭਾਈ। ਫਿਰ ਤੇਰਾ ਅੰਧ ਵਿਸ਼ਵਾਸ ਤੈਨੂੰ ਡੋਬੇਗਾ, ਹੋਰ ਕੋਈ ਨਹੀਂ। ਅਤੇ ਸਾਧ ਸੰਗਤ ਮੈਂ ਬੇਨਤੀ ਤਾਂ ਕਰਦਾ ਹੁੰਦਾ ਕਿ ਘਰ ਵਿੱਚ ਪਾਠ ਕਰਿਆ ਕਰੋ, ਕਿਸੇ ਵੀ ਕੰਮ ਦੀ ਪੂਰਤੀ ਕਰਨੀ ਹੈ ਗੁਰੂ ਨੂੰ ਅਰਦਾਸ ਕਰੋ, ਜਪਜੀ ਸਾਹਿਬ ਦੇ ਪਾਠ ਕਰੋ। ਜਿਹੜੇ ਨਹੀਂ ਕਰਦੇ, ਜਿਹੜੇ ਰੋਜ਼ ਨਿਤਨੇਮ ਕਰਦੇ ਨੇ, ਹੋਰ ਪੱਕਾ ਕਰੋ, ਗੁਰੂ ਨੂੰ ਅਰਦਾਸ ਬੇਨਤੀ ਕਰੋ। ਪਾਤਸ਼ਾਹ ਜੀ ਕਿਰਪਾ ਕਰਨਗੇ, ਐਸੀ ਕਿਰਪਾ ਹੋ ਜਾਣੀ ਹੈ ਮੇਰੇ ਸਤਿਗੁਰੂ ਦੀ। ਗੁਰੂ ਪਿਆਰਿਓ ਆਪਾਂ ਨੂੰ ਤਾਂ ਬਖਸ਼ਿਸ਼ਾਂ ਸਾਂਭੀਆਂ ਨਹੀਂ ਸਾਂਭਣੀਆਂ, ਇੰਨੀ ਕਿਰਪਾ ਕਰ ਦੇਣੀ ਹੈ ਮੇਰੇ ਗੁਰੂ ਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਬੇਨਤੀਆਂ ਕਰੋ, ਪ੍ਰਵਾਨ ਬੁਲਾਓ, ਫਤਿਹ ਜੀ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।